ਮੱਟੂ ਮੈਂ ਹਾਂ ਬਟਾਲੇ ਸ਼ਹਿਰ ਦਾ ਰਹਿਣ ਵਾਲਾ ਮੈਂ ਸਿਟੀ ਆਡੀਸ਼ਨ ਤੇ ਮੈਗਾ ਆਡੀਸ਼ਨ ਕਲੀਅਰ ਕਰਕੇ ਪਹੁੰਚ ਗਿਆ ਹਾਂ ਸਟੂਡੀਓ ਰਾਉਂਡ ਵਿੱਚ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਆ ਅੱਜ ਕੀ ਮੈਂ ਪੂਰੀ ਮਿਹਨਤ ਕਰਕੇ ਆਇਆ ਹਾਂ ਮੈਂ ਅੰਦਰ ਸਟੂਡੀਓ ਰਾਉਂਡ 'ਚ ਪੂਰੀ ਵਧੀਆ ਤਰੀਕੇ ਨਾਲ ਪਰਫਾਰਮੈਂਸ ਦਵਾਂਗਾ ਤੇ ਜਿੱਤ ਕੇ ਆਵਾਂਗਾ ਜੇ ਤੂੰ ਰੁੱਸ ਜਾਣਾ ਜਦੋਂ ਦਿਲ ਨਹੀਂ ਲੱਗਦਾ ਅੱਖੀਆਂ ਨੂੰ ਚੈਨ ਨਾ ਆਵੇ ਸੱਜਣਾ ਕਰ ਆ ਜਾ ਜੀ ਕਲੀਅਰ ਜੀ ਨੇ ਤਾਂ ਸਟੈਂਡਿੰਗ ਓਵੇਸ਼ਨ ਦੇ ਦਿੱਤੀ ਹੈ ਕਮਾਲ ਸਚਿਨ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਨਹੀਂ ਕੋਈ ਸ਼ੱਕ ਨਹੀਂ ਇਹਨੇ ਸਟੈਂਡਿੰਗ ਓਵੇਸ਼ਨ ਵਾਲੀ ਹੀ ਪਰਫਾਰਮੈਂਸ ਦਿੱਤੀ ਹੈ ਬਹੁਤ ਅੱਛਾ ਗਾਇਆ ਭਵਿਸ਼ ਥੈਂਕ ਯੂ ਸਰ ਸਿਰਫ ਥੋੜ੍ਹੀ ਜਿਹੀ ਜੋ ਮਤਲਬ ਮੈਂ ਸਟੈਂਡਿੰਗ ਓਵੇਸ਼ਨ ਨਾ ਦੇਣ ਦੀ ਵਜ੍ਹਾ ਦੱਸ ਰਿਹਾ ਉਹ ਇਹ ਵਜ੍ਹਾ ਸੀ ਕਿ ਜਦੋਂ ਗਾਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਜੋ ਸ਼ੁਰੂਆਤ ਦੀ ਜੋ ਲਾਈਨ ਸੀਗੇ ਉਹ ਐਕਚੁਲੀ ਸੁਰ ਉੱਥੇ ਅੱਛਾ ਨਹੀਂ ਲੱਗਿਆ ਸੀ ਬਟ ਸਥਾਈ ਤੋਂ ਬਾਅਦ ਅੰਤਰੇ 'ਚ ਐਂਡ ਹੀ ਕਰਾਤਾ ਇਹਨੇ ਮਤਲਬ ਖਤਮ ਹੀ ਕਰਤੀ ਗੱਲ ਸੋ ਬਸ ਉਹ ਨਹੀਂ ਤਾਂ ਅਦਰਵਾਈਜ਼ ਇਹ ਤਾਂ ਹੈ ਹੀ ਹੈ ਯਾਰ ਇਹ ਤਾਂ ਲੱਗਿਆ ਹੀ ਲੱਗਿਆ ਕਮਾਲ ਹੋ ਗਈ ਬੜਾ ਸੁਰ ਚ ਗਾਇਆ ਬੜੇ ਮਜ਼ਾ ਲੈ ਕੇ ਗਾਇਆ ਮੇਰੇ ਵੱਲੋਂ ਵੀ ਸਿਕਸਰ ਲੱਗ ਗਿਆ ਸਿਕਸਰ ਪੂਜਾ ਜੀ ਤੁਸੀਂ ਵੀ ਦਿਖਾ ਦਿਓ ਜੀ ਯੈਸ ਸਾਈਨ ਬੋਰਡ ਏ ਸਿਕਸਰ ਸੁਪਰਬ ਤਿੰਨ ਛੱਕੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੰਪਾਇਰ ਸਾਡੇ ਸੈਲੀਬ੍ਰਿਟੀ ਗੈਸਟ ਕੁਲਜਿੰਦਰ ਭਾਜੀ ਐਂਡ ਨੇਹਾ ਦੱਸੋ ਬਹੁਤ ਸੋਹਣਾ ਗਾਇਆ ਸੋ ਆਮ ਵੈਰੀ ਹੈਪੀ ਵਿਦ ਹਿਜ਼ ਪਰਫੋਰਮੈਂਸ ਭਾਵਿਸ਼ ਲਈ ਮੈਂ ਤਾਂ ਬਸ ਇੱਕੋ ਚੀਜ਼ ਕਰਨਾ ਚਾਹੂੰਗੀ ਕੀ ਬਾਤ ਥੈਂਕ ਯੂ